ਚੰਡੀਗੜ੍ਹ ਵਿੱਚ ਜਿਹੜਾ ਤੰਦੂਆ ਆਇਆ ਹੋਇਆ ਸੀਗਾ, ਜਿਹੜਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀਗਾ, ਉਹ ਖਤਮ ਹੋ ਗਿਆ। ਤੇਂਦੂਆ ਪਕੜ ਲਿਆ। ਸਾਡੇ ਨਾਲ ਵਰਲਡ ਵਾਈਡ ਦੀ ਟੀਮ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕਿੱਦਾਂ ਤੇਂਦੂਏ 'ਤੇ ਕਾਬੂ ਪਾਇਆ ਗਿਆ। ਕਿੱਦਾਂ ਸਰ ਤੇਂਦੂਏ 'ਤੇ ਕਿੱਦਾਂ ਕਾਬੂ ਪਾਇਆ ਗਿਆ? ਤੇਂਦੂਆ ਸਰ ਹਮੇਂ ਜੰਗਲੀ ਜੋ ਵਿਭਾਗ ਜੋ ਚੰਡੀਗੜ੍ਹ ਕੀ ਟੀਮ ਹੈ ਉਹ ਯਹਾਂ ਪਹੁੰਚੀ ਹੋਈ ਥੀ ਆਲਰੇਡੀ ਉਨਕੀ, ਤੋ ਛਤਬੀੜ ਸੇ ਹਮ ਪਹੁੰਚੂ ਗਏ ਹਨ। ਜੋ ਵੀ ਹਮਾਰਾ ਰਿਸਕਿਊ ਕਾ ਮਕਸਦ ਥਾ ਉਹ ਅਭੀ ਪੂਰਾ ਹੁਆ ਹੈ। ਪਹਿਲੇ ਓਪਨ ਜੋ ਏਰੀਆ ਥਾ ਜਹਾਂ ਇਹ ਕਵਰਡ ਥਾ ਤੋ ਉਸਕੋ ਕਲੋਜ਼ ਕੀਆ ਗਿਆ। ਉਸਕੇ ਬਾਅਦ ਇਸਕੀ ਸਿਚੁਏਸ਼ਨ ਦੇਖ ਕੇ ਇਸਕੋ ਡਾਟਿੰਗ ਕੀ ਗਈ। ਡਾਟਿੰਗ ਕਰਨੇ ਕੇ ਬਾਅਦ ਸਿੰਗਲ ਡੋਟ ਮੇਂ ਇਸਕੋ ਇੰਜੈਕਸ਼ਨ ਸਕਸੈਸਫੁਲ ਲੱਗ ਗਿਆ ਔਰ ਇਹ ਵਿਦ ਇਨ 15 ਮਿੰਟ ਮੇਂ ਹੀ ਬੇਹੋਸ਼ ਹੋ ਚੁੱਕਾ। ਤੋ ਪਹਿਲਾ ਇੰਜੈਕਸ਼ਨ ਹੀ ਜੋ ਥਾ ਵਹੀ ਸਕਸੈਸਫੁਲ ਲੱਗ ਗਿਆ ਜਾਂ ਇਸਕੇ ਲਈ ਕਈ ਵਾਰੀ ਪ੍ਰਯਾਸ ਕੀਏ ਗਏ? ਨਹੀਂ ਨਹੀਂ, ਪਹਿਲੀ ਵਾਰੀ ਇੰਜੈਕਸ਼ਨ ਹੈ ਇੱਕ ਹੀ ਲਗਾਇਆ ਜੋ ਕਿ ਪਹਿਲੀ ਵਾਰੀ ਮੇਂ ਹੀ ਸਕਸੈਸਫੁਲ ਹੋਇਆ। ਤੋ ਅਬ ਆਗੇ ਕੀ ਕਿਆ ਪ੍ਰਯਾਸ ਰਹੇਗਾ? ਇਸਕੋ ਅਬ ਛਤਬੀੜ ਜ਼ੂ ਲੈ ਕੇ ਜਾਓਗੇ ਜਾਂ ਕੈਸੇ ਰਹੇਗਾ? ਛਤਬੀੜ ਨਹੀਂ ਜਾਏਂਗੇ, ਇਹ ਵਾਈਲਡ ਲਾਈਫ ਕੀ ਟੀਮ ਜੋ ਹੈ ਫੋਰੈਸਟ ਡਿਪਾਰਟਮੈਂਟ ਕੀ ਚੰਡੀਗੜ੍ਹ ਕੀ ਉਹ ਡਿਸੀਜ਼ਨ ਕਰੇਗੀ ਇਸਕੋ ਕਹਾਂ ਛੋੜਨਾ ਕਿਆ ਕਰੇਗੀ। ਆਪ ਕੁਛ ਬਤਾ ਰਹੇ ਥੇ। ਮੈਂ ਸਰ ਆਪਕੋ ਪਹਿਲੇ ਕਲੀਅਰ ਬਤਾਊਂ, ਲੈਪਰਡ ਰੈਸਕਿਊ ਜੋ ਆਪਰੇਸ਼ਨ ਹੈ ਇਸਮੇਂ ਫਸਟ ਪ੍ਰਾਇਓਰਟੀ ਹਮਾਰੀ ਹੋਤੀ ਹੈ ਕਿ ਐਨੀਮਲ ਕੇ ਸਾਥ ਹਿਊਮਨ ਸੇਫਟੀ। ਉਸਕੋ ਜਿਸ ਏਰੀਆ ਮੇਂ ਆਇਆ, ਰੈਜ਼ੀਡੈਂਸ਼ੀਅਲ ਏਰੀਆ ਮੇਂ ਆਇਆ, ਹਮੇਂ ਇਸਕੋ ਇਸ ਤਰ੍ਹਾਂ ਰੱਖਣਾ ਹੈ ਇਸਕੋ ਸੀਡੇਟ ਕਰਨੇ ਸੇ ਪਹਿਲੇ ਤਾਂ ਕਿ ਯਹਾਂ ਸੇ ਸਕੇਪ ਨਾ ਕਰੇ। ਇਨਕੇਸ ਯਹਾਂ ਸੇ ਸਕੇਪ ਕਰ ਜਾਤਾ ਹਮ ਅਗਰ ਜਲਦੀ ਐਫਰਟਸ ਕਰਤੇ ਤੋ ਕਿਤਨੀ ਪਬਲਿਕ ਕੋ ਨੁਕਸਾਨ ਕਰ ਸਕਤਾ। ਫਸਟ ਪ੍ਰਾਇਓਰਟੀ ਹਮਾਰੀ ਥੀ ਇਸਕੋ ਸਿਕਿਉਰਡ ਕਰਨਾ ਇਸ ਏਰੀਆ ਮੇਂ, ਜਿਸਕੇ ਲਈ ਇਤਨੇ ਐਫਰਟਸ ਕਰੇ, 4 ਘੰਟੇ ਹਮਨੇ ਵੇਸਟ ਕਰੇ ਇਸਕੋ ਸਿਕਿਉਰ ਕਰਨੇ ਕੇ ਲੀਏ। ਸੈਕਿੰਡ ਕਾਮ ਹੋਤਾ ਹੈ ਐਨੀਮਲ ਸਿਕਿਉਰਡ ਹੈ ਇਸਕੋ ਸੀਡੇਟ ਕਰਨਾ। ਸੀਡੇਟ ਕਰਨੇ ਕੇ ਬਾਅਦ ਡੋਜ਼ ਹਮਾਰੀ ਬਾਡੀ ਵੇਟ ਪੇ ਡਿਪੈਂਡੈਂਟ ਹੈ, ਐਨੀਮਲ ਫਿਜ਼ੀਓਲੋਜੀ ਪੇ ਡਿਪੈਂਡੈਂਟ ਹੈ, ਐਨੀਮਲ ਸਟਰਕਚਰ ਪੇ ਡਿਪੈਂਡੈਂਟ ਹੈ। ਕਿ ਡੋਜ਼ ਐਸਾ ਇਸ਼ੂ ਨਹੀਂ ਹੈ ਕਿ ਜੋ ਫਿਕਸ ਬੁੱਕਸ ਮੇਂ ਲਿਖਾ ਹੈ, ਸਾਰੇ ਸਰਕਮਸਟਾਂਸਿਸ ਬੇਸਿਸ ਪੇ ਡੋਜ਼ ਹੈ। ਸਹੀ ਜਗ੍ਹਾ ਲਗੇ, ਸਿੰਗਲ ਡੋਜ਼ ਲਗੇ, ਉਤਨਾ ਇਫੈਕਟ ਰਿਜ਼ਲਟ ਆਏਗਾ। ਅਬ ਅਗਲਾ ਆਪਕਾ ਕਦਮ ਕਿਆ ਰਹੇਗਾ? ਅਗਲਾ ਕਦਮ ਇਹ ਹੈ ਕਿ ਚੰਡੀਗੜ੍ਹ ਫੋਰੈਸਟ ਡਿਪਾਰਟਮੈਂਟ ਨੇ ਡਿਸਾਈਡ ਕਰਨਾ ਹੈ ਇਸਕਾ ਕਹਾਂ ਲੈ ਕੇ ਜਾਣਾ ਹੈ। ਬੀਂਗ ਪਾਰਟ ਆਫ ਦ ਚੰਡੀਗੜ੍ਹ ਫੋਰੈਸਟ ਡਿਪਾਰਟਮੈਂਟ, ਦਿਸ ਐਨੀਮਲ ਬਿਲੋਂਗਸ ਟੂ ਦ ਚੰਡੀਗੜ੍ਹ ਫੋਰੈਸਟ ਡਿਪਾਰਟਮੈਂਟ। ਓਕੇ, ਇਨਕਾ ਫਸਟ ਪ੍ਰਾਇਓਰਟੀ ਹੋਗੀ ਆਈਦਰ ਇਨ ਦੀ ਫੋਰੈਸਟ ਆਫ ਦ ਚੰਡੀਗੜ੍ਹ ਜਾਂ ਐਡਜੋਇਨਿੰਗ ਸਟੇਟਸ ਕੇ ਫੋਰੈਸਟ, ਜੋ ਵੀ ਸੂਟੇਬਲ ਏਰੀਆ ਜੋ ਗਵਰਨਮੈਂਟ ਡਿਸੀਜ਼ਨ ਹੋਗਾ ਇਨਕੇ ਲੈਵਲ ਪੇ। ਹਮਾਰੀ ਡਿਊਟੀ ਓਨਲੀ ਫੋਰ ਟੈਕਨੀਕਲ ਸਪੋਰਟ ਦੇਣੇ ਕੀ ਹੈ ਜੋ ਹਮਨੇ ਦੀ ਹੈ। ਚਲੋ, ਥੈਂਕ ਯੂ। ਇਹ ਥੀ ਟੈਕਨੀਕਲ ਟੀਮ। ਅਬ ਮੈਂ ਕੈਮਰਾਮੈਨ ਕੋ ਦਿਖਾਊਂਗਾ ਵੀ ਲੈਪਰਡ ਕਹਾਂ ਥਾ, ਕੈਸੇ ਪਕੜਾ ਗਿਆ। ਇਹ ਆਪ ਦੇਖ ਰਹੇ ਹੈ ਜੋ ਜਾਲੇ ਹੈ ਇਹ ਲਗਾਏ ਗਏ ਥੇ ਲੈਪਰਡਸ ਕੋ ਪਕੜਨੇ ਕੇ ਲੀਏ, ਔਰ ਇਸ ਏਰੀਆ ਮੇਂ ਇਸ ਡੋਰ ਕੇ ਆਗੇ ਜੋ ਏਰੀਆ ਹੈ ਯਹਾਂ ਲੈਪਰਡ ਜੋ ਹੈ ਫਸਾ ਹੁਆ ਥਾ, ਯਹਾਂ ਪਹੁੰਚ ਗਿਆ ਥਾ, ਜਿਸਕੇ ਬਾਅਦ ਦੇਖਨੇ ਕੇ ਬਾਅਦ ਇਸ ਡੋਰ ਕੋ ਕਲੋਜ਼ ਕੀਆ ਗਿਆ। ਯਹਾਂ ਆਪ ਇਹ ਜੋ ਉੱਪਰ ਵਾਲਾ ਆਪ ਦੇਖ ਰਹੇ ਹੈ, ਇਹ ਜੋ ਮਤਲਬ ਕਿ ਜਾਲਾ ਸਾ ਡਾਲਾ ਗਿਆ ਕੱਪੜੇ ਕਾ, ਇਹ ਵੀ ਸਿਰਫ ਲੈਪਰਡ ਕਿਉਂਕਿ ਭਾਗ ਨਾ ਸਕੇ, ਬਾਹਰ ਕੋ ਨਾ ਭਾਗ ਸਕੇ, ਇਹੀ ਫਸਾ ਰਹੇ, ਇਸ ਕਰਕੇ ਪਹਿਲੇ ਡਾਲਾ ਗਿਆ। ਉਸਕੇ ਬਾਅਦ ਗੇਟ ਕੋ, ਇਹ ਗੇਟ ਜੋ ਬਾਹਰ ਜਾਣੇ ਕਾ ਗੇਟ ਹੈ ਜਹਾਂ ਜਾਲਾ ਲਗਾ ਹੁਆ ਹੈ, ਇਸਕੋ ਖੋਲਾ ਗਿਆ। ਮੈਂ ਕੈਮਰਾਮੈਨ ਕੋ ਕਹੂੰਗਾ ਇਸ ਗੇਟ ਕੋ ਦਿਖਾਏ, ਇਸ ਗੇਟ ਕੋ ਖੋਲਾ ਗਿਆ ਔਰ ਲੈਪਰਡ ਨੇ ਇਕਦਮ ਜਬ ਜਾਣੇ ਕੀ ਕੋਸ਼ਿਸ਼ ਕੀ, ਜਹਾਂ ਇੱਕ ਮਤਲਬ ਕਿ ਜੋ ਜੰਗਲਾ ਥਾ ਯਹਾਂ ਲਗਾ ਹੁਆ ਥਾ ਲੈਪਰਡ, ਔਰ ਜੰਗਲੇ ਕੇ ਉੱਪਰ ਇਹ ਜਾਲਾ ਲਗਾ ਹੁਆ ਥਾ ਤਾਂ ਕਿ ਜੰਗਲਾ ਪਾਰ ਕਰਕੇ ਅਗਰ ਉਹ ਭਾਗਨੇ ਕੀ ਕੋਸ਼ਿਸ਼ ਕਰਤਾ ਤੋ ਜਾਲੇ ਮੇਂ ਉਹ ਫਸ ਸਕੇ। ਲੇਕਿਨ ਉਹ ਉਸਸੇ ਪਹਿਲੇ ਹੀ ਜੰਗਲੇ ਮੇਂ ਫਸ ਗਿਆ, ਔਰ ਉਸਸੇ ਪਹਿਲੇ ਜੋ ਜੰਗਲ ਮੇਂ ਫਸਨੇ ਕਾ ਜੋ ਮਤਲਬ ਨਿਸ਼ਾਨਾ ਲਗਾਇਆ ਗਿਆ, ਜੋ ਉਸਕੋ ਡੋਜ਼ ਦੀ ਗਈ, ਉਸੀ ਸੇ ਹੀ ਉਸਕਾ ਕਾਮ ਕਾਫੀ ਹੱਦ ਤੱਕ ਹੋ ਗਿਆ ਥਾ, ਜਿਸਕੇ ਬਾਅਦ ਉਸਕੋ ਮਤਲਬ ਕਿ ਜੋ ਜੰਗਲੇ ਮੇਂ ਡਾਲ ਕਰ ਉਸਕੋ ਲਿਜਾਇਆ ਗਿਆ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਯਾਦਵ ਕੇ ਸਾਥ, ਦੈਨਿਕ ਸਵੇਰਾ ਟੀਵੀ ਕੇ ਲੀਏ, ਚੰਡੀਗੜ੍ਹ ਸੇ। ਆਲ ਵਰਲਡ ਓਪਨ ਚੈਲੇਂਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94 648, 84374 94 648।